ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਫਗਵਾੜਾ ਦੇ ਪਿੰਡ ਟਾਂਡਾ ਬਗਾਣਾ ਦੇ ਇੱਕ ਸਕੂਲ ਵਿੱਚ ਪੜਾ ਰਹੀ ਅੰਗਹੀਣ ਅਧਿਆਪਕਾ ਦੀ ਬਦਲੀ ਸੰਬੰਧੀ ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਵੱਲੋਂ BPO ਫਗਵਾੜਾ ਨੂੰ ਮੰਗ ਪੱਤਰ ਦਿੱਤਾ ਗਿਆ। ਯੂਨੀਅਨ ਮੈਂਬਰਾਂ ਨੇ ਕਿਹਾ ਹੈ ਕਿ ਸ਼੍ਰੀਮਤੀ ਸੁਖਵਿੰਦਰ ਪਾਲ ਅਧਿਆਪਕ ਸਰਕਾਰੀ ਸਕੂਲ ਟਾਂਡਾ ਬਗਾਣਾ ਦੀ ਬਦਲੀ ਸਰਕਾਰੀ ਸਕੂਲ ਖਾਰਾ ਜ਼ਿਲ੍ਹਾ ਤਰਨ ਤਾਰਨ ਦੀ ਹੋਈ ਹੈ, ਪਰ ਸਿੰਗਲ ਟੀਚਰ ਹੋਣ ਕਾਰਨ ਉਹਨਾਂ ਨੂੰ ਹਜੇ ਤੱਕ ਰਿਲੀਵ ਨਹੀਂ ਕੀਤਾ ਗਿਆ ਹੈ, ਜਦਕਿ ਸਪੈਸ਼ਲ ਕੇਸ ਹੈਂਡੀਕੈਪਡ ਹੋਣ ਕਾਰਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰਿਲੀਵ ਕਰਨਾ ਚਾਹੀਦਾ ਸੀ। ਉਹਨਾਂ ਕਿਹਾ ਹੈ ਕਿ ਸਕੂਲ ਪਿੰਡ ਤੋਂ ਬਾਹਰ ਹੈ, ਜਿੱਥੇ ਸੱਪ ਸੂਰ ਆਦਿ ਖਤਰਨਾਕ ਜੀਵ ਜੰਤੂ ਆਉਂਦੇ ਰਹਿੰਦੇ ਹਨ ਅਤੇ ਅਜਿਹੀ ਖਤਰਨਾਕ ਸਥਿਤੀ ਦਾ ਸਾਹਮਣਾ ਅੰਗਹੀਣ ਅਧਿਆਪਕ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਇਸ ਸੰਬੰਧੀ BPO ਰਣਜੀਤ ਕੌਰ ਨੂੰ ਸੂਚਿਤ ਕਰ ਚੁੱਕੇ ਹਾਂ। ਉਹਨਾਂ ਕਿਹਾ ਹੈ ਕਿ ਜੇਕਰ ਉਹਨਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਅੰਗਹੀਣ ਅਤੇ ਬਲਾਈਂਡ ਯੂਨੀਅਨ ਵੱਲੋਂ 13 ਅਗਸਤ ਨੂੰ ਮਜਬੂਰ ਹੋ ਕੇ ਉਹਨਾਂ ਦੇ ਦਫ਼ਤਰ ਦੇ ਅੱਗੇ ਧਰਨਾ ਲਗਾਇਆ ਜਾਵੇਗਾ, ਜਿਸ ਦੇ ਜ਼ਿੰਮੇਵਾਰ ਉਹ ਆਪ ਹੋਣਗੇ। ਅੱਜ ਅਸੀਂ ਅੰਗਹੀਣ ਅਤੇ ਬਲਾਈਂਡ ਯੂਨੀਅਨ ਦੇ ਸਮੂਹ ਮੈਂਬਰ ਇਸ ਸੰਬੰਧ ਇਕੱਠੇ ਹੋਏ ਆ ਕਿ ਔਨਲਾਈਨ ਅਪਲਾਈ ਕੀਤਾ ਹੋਇਆ ਸੀਗਾ ਸੁਖਵਿੰਦਰ ਪਾਲ ਟਾਂਡਾ ਬਗਾਣਾ ਤੋਂ ਵੀ, ਜੋ ਕਿ 100% ਹੈਂਡੀਕੈਪ ਆ, ਸਿੰਗਲ ਟੀਚਰ ਸਕੂਲ ਆ ਅਤੇ ਉਹ ਖੇਤਾਂ ਦੇ ਵਿੱਚ ਉਹ ਸਕੂਲ ਆਲੇ ਦੁਆਲੇ ਬੀਆਵਾਨ ਆ ਅਤੇ ਉਹਨਾਂ ਦੀ ਟ੍ਰਾਂਸਫਰ ਹੋਈ ਸੀ 30 ਤਰੀਕ ਨੂੰ ਅਤੇ ਉਹਨਾਂ ਦੇ ਨਾਲ ਵਾਲੇ ਜੋ ਵੀ ਟੀਚਰ ਆ ਉਹ ਸਾਰੇ ਆਪਣੇ ਆਪਣੇ ਸਟੇਸ਼ਨ 'ਚ ਜਾ ਚੁੱਕੇ ਆ ਅਤੇ ਅੰਗਹੀਣ ਹੋਣ ਦੇ ਬਾਵਜੂਦ, ਮਾਈਨਰ ਚਾਇਲਡ ਹੋਣ ਦੇ ਬਾਵਜੂਦ ਇਹਨਾਂ ਦਾ ਡਬਲ ਕੇਸ ਬਣਦਾ ਸੀਗਾ, ਪਰੰਤੂ ਇਹਨਾਂ ਨੇ ਅਜੇ ਤੱਕ ਵੀ ਇਹਨਾਂ ਨੂੰ ਰਿਲੀਵ ਨਹੀਂ ਕੀਤਾ, ਕਿਉਂਕਿ ਇਹਨੂੰ ਇੱਕੋ ਇੱਕ ਬਹਾਨਾ ਲਾਇਆ ਸਿੰਗਲ ਟੀਚਰ। ਮੈਂ ਕਹਿੰਦਾ ਕਿ ਸਿੰਗਲ ਟੀਚਰ ਦੀ ਉਹਨੂੰ ਸਜ਼ਾ ਮਿਲ ਰਹੀ ਆ, ਇੱਕ ਤਾਂ ਸਿੰਗਲ ਟੀਚਰ ਉੱਥੇ ਹੈਗਾ, ਦੂਜਾ ਹੈਂਡੀਕੈਪਡ ਆ, ਤੀਜਾ ਪੂਰੇ 8-7 ਸਾਲ ਹੋ ਗਏ ਲਗਾਤਾਰ ਉਹਨਾਂ ਨੂੰ ਉਹ ਪਾਣੀ ਨਾਲੋਂ ਗੁਰਦੁਆਰਾ ਢੋਂਦੇ ਰਹੇ ਆ ਅਤੇ ਹੁਣ ਜਾ ਕੇ ਬੋਰ ਉੱਥੇ ਹੋਇਆ ਆ। ਸੋ ਅੱਜ ਅਸੀਂ BO ਮੈਡਮ ਨੂੰ ਇੱਥੇ ਰਿਕੁਐਸਟ ਕਰਨ ਆਏ ਸੀਗੇ ਕਿ ਹੈਂਡੀਕੈਪਡ ਕੇਸ ਹੋਣ ਦੇ ਸਦਕੇ ਇਹਨੂੰ ਪਹਿਲ ਦੇ ਤੌਰ 'ਤੇ ਸੁਣਿਆ ਜਾਵੇ, ਅਣਗਹਿਲੀ ਨਾ ਕੀਤੀ ਜਾਵੇ। ਅਗਰ ਅਣਗਹਿਲੀ ਕੀਤੀ ਗਈ ਤਾਂ ਅਸੀਂ 13 ਤਰੀਕ ਮੰਗਲਵਾਰ ਨੂੰ ਇੱਥੇ ਪੱਕਾ ਧਰਨਾ ਲਾਵਾਂਗੇ, ਜਦੋਂ ਤੱਕ ਰਿਲੀਵਿੰਗ ਨਹੀਂ ਹੁੰਦੀ। ਇਹਨਾਂ ਕੋਲ ਇੱਕੋ ਇੱਕ ਬਹਾਨਾ ਆ ਕਿ ਉੱਥੇ ਟੀਚਰ ਆ ਜਾਏਗਾ, ਉੱਥੇ ਕਿਸੇ ਟੀਚਰ ਨੇ ਨਹੀਂ ਹੋਣਾ, ਮੈਂ ਗਰੰਟੀ ਨਾਲ ਕਹਿੰਦਾ, ਕਿਉਂਕਿ ਖੇਤਾਂ ਵਿੱਚ ਸਕੂਲ ਆ, ਸਾਰਿਆਂ ਨੂੰ ਪਤਾ ਉੱਥੇ ਕੀ ਹਾਲਾਤ ਆ। ਕਿਹੜੀ ਜਗ੍ਹਾ ਸਕੂਲ ਹੈ ਜੀ? ਇਹ ਟਾਂਡਾ ਬਗਾਣਾ ਹੈ ਜੀ, ਸਿਰਫ ਉੱਥੇ 8 ਬੱਚੇ ਆ ਅਤੇ ਸਿੰਗਲ ਟੀਚਰ ਸਕੂਲ ਆ, ਖੇਤਾਂ ਦੇ ਵਿੱਚ ਬੀਆਵਾਨ ਜਗ੍ਹਾ ਕਰਕੇ ਉੱਥੇ ਕੋਈ ਵੀ ਆਉਣ ਨੂੰ ਪਸੰਦ ਨਹੀਂ ਕਰਦਾ। ਕੀ ਮੰਗ ਕਰਦੇ ਤੁਸੀਂ ਹੁਣ? ਮੈਂ ਮੈਡਮ BO ਮੈਡਮ ਨੂੰ ਇਹੀ ਰਿਕੁਐਸਟ ਕਰਨਾ ਆ ਕਿ ਪਹਿਲ ਦੇ ਆਧਾਰ 'ਤੇ ਜਿਹੜਾ ਕੇਸ ਹੱਲ ਹੋਣ ਵਾਲਾ ਹੈਗਾ ਆ, ਇਹਨੂੰ ਪਹਿਲ ਦੇ ਆਧਾਰ 'ਤੇ ਇਹਨੂੰ ਹੱਲ ਕੀਤਾ ਜਾਵੇ, ਨਹੀਂ ਤਾਂ ਫਿਰ ਜਿਹੜਾ ਅੰਗਹੀਣ ਬਲਾਈਂਡ ਯੂਨੀਅਨ 13 ਤਰੀਕ ਮੰਗਲਵਾਰ ਨੂੰ ਆਪਣਾ ਸੰਘਰਸ਼ ਕਰੇਗੀ, ਜਦੋਂ ਤੱਕ ਮੈਡਮ ਦੀ ਰਿਲੀਵਿੰਗ ਨਹੀਂ ਉੱਥੋਂ ਹੁੰਦੀ। ਉੱਧਰ BPO ਦਫ਼ਤਰ ਫਗਵਾੜਾ ਦੇ ਕਲਰਕ ਹੈਡ ਨੇ ਦੱਸਿਆ ਹੈ ਕਿ ਜੋ ਮੰਗ ਪੱਤਰ ਉਹਨਾਂ ਨੂੰ ਦਿੱਤਾ ਗਿਆ ਹੈ ਉਸ 'ਤੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਸਰ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਸਨੀ ਹੈ ਜੀ, ਮੈਂ ਇੱਥੇ ਡੀਲਿੰਗ ਹੈਡ ਹਾਂ ਬਲਾਕ BPO ਦਫ਼ਤਰ ਫਗਵਾੜਾ ਵਿੱਚ, ਅਤੇ ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਟੀਚਰ ਦੀ ਬਦਲੀ ਹੋਣ ਦੇ ਸੰਬੰਧ ਵਿੱਚ। BPO ਮੈਡਮ ਫਗਵਾੜਾ ਜੀ, ਜਦੋਂ ਐਕਸਟਰਾ ਚਾਰਜ ਉਹਨਾਂ ਨੂੰ ਫਗਵਾੜੇ ਦਾ ਮਿਲਿਆ ਹੋਇਆ ਹੈ, ਵੈਸੇ ਉਹਨਾਂ ਦੀ ਡਿਊਟੀ ਸੁਲਤਾਨਪੁਰ ਲੋਧੀ ਹੈ, ਉਹ ਜਿਸ ਦਿਨ ਇੱਥੇ ਔਨ ਡਿਊਟੀ ਆਉਣਗੇ ਅਤੇ ਉਹਨਾਂ ਦੇ ਧਿਆਨ ਵਿੱਚ ਲਿਆ ਦਿੱਤਾ ਜਾਵੇਗਾ, ਮੰਗ ਪੱਤਰ ਉਹਨਾਂ ਨੂੰ ਦੇ ਕੇ ਅਗਲੇ ਦੀ ਕਾਰਵਾਈ ਕੀਤੀ ਜਾਵੇਗੀ। ਫਗਵਾੜਾ ਤੋਂ ਮਨੂ ਚਾਵਲਾ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।